ਮਾਂ ਸਰਦੀ ਸੀ ਨਾ, ਚੰਗੀ ਭਲੀ ਸਕੂਨ ਦੀ ਜ਼ਿੰਦਗੀ ਲੰਘਣ ਦੀ ਸੀ ਤੇ ਆ ਵਿੱਚ ਕੈਰੀ ਵੱਖਰਾ ਆ ਗਿਆ। ਪਰ ਨਹੀਂ, ਉਹ ਰੱਖ ਲਿਆ ਹੱਥ ਪੀ ਤੇ ਅੱਜ ਤਾਂ ਆਪਾਂ ਕੈਰੀ 'ਚ ਆਉਂਦੇ ਹੋਇਆ ਚੁੱਪ ਕਰਕੇ ਸੁੱਤੇ ਆਏ। ਅੱਜ ਖੁਦਾ ਦਾ ਵਾਸਤਾ ਆਪਦੇ ਵਾਲ ਵੂਲ ਕਟਾ ਲਓ, ਕੋਈ ਕਲਫ ਕੁਲਫ ਲਵੋ, ਕੀ ਬਣੇ ਪੈ ਜੇ ਬੰਦਾ ਵਾਲ ਕਟਾ ਵੇਖ ਲਓ। ਆਪਾਂ ਫਿਰ ਵੀ ਆਪਾਂ ਸੀਕਰੇਟ ਕਦੋਂ ਰਿਵੀਲ ਕਰਨਾ ਹੋਏ। ਪਾਪਾ ਯੂਕੇ 'ਚ ਪੈਂਟਾਂ ਸ਼ਰਟਾਂ ਹੀ ਪਾਉਂਦਾ, ਉਹਦੇ ਚੂੜੀਆਂ ਪਾਉਣ ਵਾਸਤੇ ਵੀ ਪੈਸੇ ਨਹੀਂ ਆਏ, ਸਾਰਿਆਂ ਨੇ ਚੂੜੀਆਂ ਪਾਈਆਂ ਸੀ। ਯੂਟਿਊਬ ਦੀ ਜ਼ਿਆਦਾ ਮਜ਼ੇ ਦੀ ਹੈ, ਇਹ ਤਾਂ ਸਭ ਫੁੱਲ ਤੇਜ਼ ਹਨੇਰੀ ਚੱਲਣ ਦੀ ਹੈ। ਚੱਲਿਆ ਇੱਧਰ ਵੇਖੋ, ਮਾਂ ਕੀ ਕਰ ਸਕਦੀ, ਮੰਮਾ ਜ਼ਰਾ ਪਾਪਾ ਤੇ ਨਜ਼ਰ ਰੱਖਿਆ ਜੇ, ਇਸ ਉਮਰ 'ਚ ਦੁਬਾਰਾ ਇਸ਼ਕ ਹੁੰਦਾ ਜੇ। ਮਾਸ਼ਾਅੱਲਾ ਜੀ, ਸੁਬਹ ਸੁਬਹ ਦਾ ਟਾਈਮ ਹੈ, ਤਕਰੀਬਨ ਜਿਹੜਾ ਹੈ ਨਾ 5:30 ਦਰਮਿਆਨ ਦਾ ਟਾਈਮ ਹੈ, ਠੀਕ ਹੈ। ਅਤੇ ਮਾਸ਼ਾਅੱਲਾ ਪਾਣੀ ਆਇਆ ਹੋਇਆ ਵਾ। ਮੰਮਾ ਅੱਜ ਕਰੀਏ ਜੀ ਤਰਾਈ, ਟੈਮੋ ਟੈਮ। ਮੰਮਾ ਕਹਿੰਦੀ ਪੁੱਤਰ ਸਭ ਤੋਂ ਪਹਿਲੇ ਤਰਾਈ ਕਰੀਏ, ਛੱਡ ਦੇਈਏ ਸਾਰੇ ਕੰਮ, ਫਿਰ ਤਰਾਈ ਨਹੀਂ ਹੁੰਦੀ ਅਤੇ ਫਿਰ ਹੋ ਸਕਦਾ ਮਿਸਤਰੀਆਂ ਦਿਲ 'ਚ ਰਹਿਮ ਆ ਜਾਵੇ ਅਤੇ ਉਹ ਵਾਪਸ ਆ ਹੀ ਜਾਣ। ਮੈਂ ਕੰਮਾ ਇਹ ਹੋਇਆ ਨਾ, ਆਪਣੀ ਗਲਤ ਫਹਿਮੀ ਹੈ ਵੀ ਆ ਜਾਣਗੇ। ਅਤੇ ਆਹ ਵੇਖੋ ਜੀ, ਇਹ ਹੁਣ ਮੰਮਾ ਉਹ ਵੇਖੋ। ਨਹੀਂ ਮੰਮਾ ਨਹੀਂ 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 ਨਹੀਂ, ਠੰਡ ਬਹੁਤ ਹੈ। ਅੱਜ ਇੰਨੀ ਸਰਦੀ ਲੱਗਣ ਦੀ ਸੀ, ਕਮਰੇ 'ਚ ਸੁੱਤੇ ਸੀ ਫਿਰ ਵੀ ਮੈਨੂੰ ਹਲੇ ਵੀ ਲੱਗਣ ਦੀ ਹੈ। ਮਾਂ ਸਰਦੀ ਸੀ ਨਾ, ਸਹੀ ਹੈ। ਤੇ ਮੰਮਾ ਫਿਰ ਮੈਨੂੰ ਕਿਉਂ ਫ੍ਰੀ 'ਚ ਪੁੱਛਣ ਦਾ ਹੈ ਵੀ ਨਹਾਈ ਕਰਾਵਾ? ਨਹੀਂ 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 ਨਹੀਂ, ਥੈਂਕ ਯੂ ਮੰਮਾ, ਠੰਡ ਹੈ। ਨਹੀਂ ਕਹਿਰ, ਨਹਾ ਕੇ ਚਾਹੀਦਾ ਹੁੰਦਾ, ਪਹਿਲੇ ਤਾਂ ਨਹਾ ਕੇ ਹੀ ਚਾਹੀਦਾ ਹੁੰਦਾ ਸੀ, ਪਰ ਅੱਜ ਠੰਡ ਹੈ, ਅੱਜ ਨਹੀਂ। ਅਤੇ ਬਾਕੀ ਜੀ ਹੁਣ ਜਿਹੜਾ ਨਾ ਸਾਰੇ ਜਿਹੜੇ ਕੰਮਾਂ ਕਾਰਾਂ 'ਚ ਮਸਰੂਫ ਬਿਲਕੁਲ, ਅਤੇ ਮੇਰਾ ਦਿਲ ਕਰਦਾ ਮੈਂ ਚਾਂਦਗੜ੍ਹ 'ਚ ਬਹਿ ਜਾਵਾਂ, ਪਰ ਚਾਂਦਗੜ੍ਹ ਚਲਾਉਣ ਵਾਲਾ ਕੋਈ ਨਹੀਂ ਹੈਗਾ, ਠੀਕ ਹੈ। ਅਤੇ ਹੁਣ ਜਿਹੜਾ ਨਾ ਵਾਕਈ ਅੱਜ ਬਹੁਤ ਠੰਡ ਹੈ ਸੱਚੀ, ਮੈਂ ਤੁਹਾਨੂੰ ਸੱਚੀ ਦੱਸਣ ਦੀ ਮਜ਼ਾਕ ਤੋਂ ਹੱਟ ਕੇ, ਠੀਕ ਹੈ। ਅਤੇ ਹੁਣ ਜਿਹੜਾ ਨਾ ਰੋਲੇ ਵਾਹਵਾ ਪੈਰਾਂ ਦੇ, ਮਾਏ ਹਾਏ ਕਤਾ ਮੋਟਰ ਲੈ ਕੇ ਬਹਿ ਗਈ ਤੋਂ ਭਾਈ, ਇਹ ਗੱਲ ਇੰਨਾ ਰੋਲਾ ਪਾਉਂਦੀ ਹੈ ਨਾ ਵੀ ਹੱਥ ਵੀ ਜ਼ਿਆਦਾ। ਮੰਮਾ ਮੇਰੇ ਉੱਪਰ ਪਾਣੀ ਆ ਰਿਹਾ ਹੈ, ਉੱਧਰ ਵੇਖੋ, ਆਹ ਵੇਖੋ ਛਿੱਟੇ ਉੱਡਣ ਉੱਥੇ ਜਾਣ ਜਾਣ ਹੱਦ। ਚਲੋ ਜੀ ਹੁਣ ਜਿਹੜਾ ਨਾ ਵੀ ਮੰਮਾ ਨੂੰ ਕਹਿੰਦੇ, ਮੰਮਾ ਜੀ ਛੱਡ ਦਿਓ ਸਾਰੇ ਕੰਮ, ਅੱਜ 6:45 ਅਤੇ ਕੈਰੀ ਬੂਹੇ ਅੱਗੇ ਆ ਜਾਣਾ, ਬਿਲ ਲੇਟ ਹੋ ਜਾਈਦਾ ਵਾ, ਅਤੇ ਮੈਨੂੰ ਨਾਸ਼ਤਾ ਬਣਾ ਦਿਓ ਬਾਕੀ ਖੈਰ। ਮਾਸ਼ਾਅੱਲਾ ਜੀ ਹੁਣ ਮੈਂ ਨਾਸ਼ਤਾ ਕਰ ਲਿਆ ਹੋਇਆ ਵਾ, ਸਾਰਿਆਂ ਨੇ ਬਲਕਿ ਨਾਸ਼ਤਾ ਕਰ ਲਿਆ ਵਾ, ਅਤੇ ਇਹ ਵੇਖੋ ਜੀ ਖਿਲਾਰੇ ਛਿਲਾਰੇ ਉਵੇਂ ਪਏ ਹੋਏ ਨੇ, ਠੀਕ ਹੈ। ਅਤੇ ਆਪਣਾ ਕੈਰੀ ਆ ਗਿਆ, ਹੁਣ ਜੀ ਅਸੀਂ ਜਾ ਰਹੇ ਹਾਂ। ਆਹ ਨਾ ਮਤਲਬ ਇੱਕ ਜ਼ਿੰਦਗੀ 'ਚ ਵੱਖਰੀ ਮਸਰੂਫੀਅਤ ਹੋ ਗਈ, ਚੰਗੇ ਭਲੇ ਚੰਗੀ ਭਲੀ ਸਕੂਨ ਦੀ ਜ਼ਿੰਦਗੀ ਲੰਘਣ ਦੀ ਸੀ ਅਤੇ ਆ ਵਿੱਚ ਕੈਰੀ ਵੱਖਰਾ ਆ ਗਿਆ। ਸੱਚੀ ਪੁੱਛੋ ਜਿਹੜੀ ਗੱਲ ਮੈਂ ਤੁਹਾਨੂੰ ਸਹੀ ਦੱਸਾਂ, ਇਹ ਜਿਹੜੀਆਂ ਪੈਰਾਂ ਕਰੀਆਂ ਨਾ, ਜਿਨ੍ਹਾਂ ਨੂੰ ਕੈਰੀ ਡੱਬੇ ਦਾ ਸ਼ੌਕ ਹੈ ਉਹ ਨਹੀਂ ਦੱਸੀ ਜਾਂਦੇ, ਇਹ ਕੈਰੀ ਡੱਬਿਆਂ ਦਾ ਸ਼ੌਕ ਖਤਮ ਕਰ ਦਿਉ। ਮੰਮਾ ਕਿੱਧਰ ਚੱਲੀ ਹੈ, ਦੂਧ ਲੈਣੇ? ਅੱਛਾ ਠੀਕ ਹੈ ਜੀ। ਅਤੇ ਇਹ ਹੁਣ ਮਤਲਬ ਹੈਂ, ਨਹੀਂ ਮੰਮਾ ਆਪਣਾ ਕੈਰੀ ਆ ਗਿਆ ਚੱਲੇ, ਹੈਂ ਕੈਰੀ ਉੱਥੇ ਹੀ ਹੁੰਦਾ,
ਸਹੀ ਹੈ, ਫਿਰ ਤਾਂ ਚਲੇ ਜਾਂਦੇ। ਲੈ ਭਾਈ ਇੰਨਾ ਤੁਰਨਾ ਪੈਣਾ, ਉਹਨੂੰ ਕਿਰਾਇਆ ਕਾਹਦਾ ਦੇਣਾ। ਸਹੀ ਹੈ ਨਾ। ਬਾਕੀ ਜੀ ਕੈਰੀ ਦਾ ਪਤਾ ਸਭ ਤੋਂ ਵੱਡਾ ਮਸਲਾ ਕੀ ਹੈ? ਕੈਰੀ ਦੇ ਆਉਣ ਤੋਂ ਪਹਿਲੇ ਰੈਡੀ ਹੋਣਾ ਪੈਂਦਾ, ਠੀਕ ਹੈ। ਦੂਸਰਾ ਮਸਲਾ ਆ ਕਿ ਉਹ ਫਿਰ ਹੋਰਨ 'ਤੇ ਹੱਥ ਰੱਖ ਲੈਂਦਾ, ਫਿਰ ਲੱਗਾ ਰਹਿਦਾ, ਫਿਰ ਨਹੀਂ ਚੁੱਪ ਕਰਦਾ, ਬਸ ਐਂਡ ਹੁੰਦੇ ਹਨ ਹੱਥ ਨਾ ਵੀ ਤੂੰ 2 ਮਿੰਟ ਰੁਕ ਜਾ। ਅਗਲਾ ਬੰਦਾ ਮਸਰੂਫ ਵੀ ਹੋ ਸਕਦਾ, ਪਾਣੀ ਪੂਣੀ ਪੀਂਦਾ ਹੋਣਾ, ਪਰ ਨਹੀਂ, ਉਹ ਰੱਖ ਲਿਆ ਹੱਥ, ਪੀ ਲੱਗੀ ਰੱਖਦੇ ਹੱਥ। ਚਲੋ ਹੁਣ ਫਿਰ ਆਪਾਂ ਵੀ ਚੱਲੀਏ। ਮੰਮਾ ਮੰਮਾ ਜੀ ਜਾਓ ਜਾਓ, ਮੇਰਾ ਤੁਸੀਂ ਵੇਟ ਨਾ ਕਰੋ ਆਪਣਾ, ਕੈਰੀ ਬੂਹੇ ਅੱਗੇ ਆਇਆ ਤੇ ਆਪਾਂ ਜਾਣਾ। ਨਹੀਂ ਨਹੀਂ ਮੰਮਾ, ਇੰਨਾ ਟੁਰਿਆ ਨਹੀਂ ਜਾਂਦਾ, 4 ਦਿਨ ਹੀ ਕੈਰੀ 'ਤੇ ਗਿਆ ਅਤੇ ਲੱਤਾਂ ਦੀ ਬੱਸ ਹੋ ਗਈ, ਹੁਣ ਤੁਰਿਆ ਨਹੀਂ ਜਾਂਦਾ, ਹੁਣ ਕੈਰੀ ਦੀ ਆਦਤ ਪੈ ਗਈ। ਬੂਹੇ ਅੱਗੇ ਬੈਠੇ ਅਤੇ ਬੂਹੇ ਅੱਗੇ ਜਾ ਕੇ ਲੱਥ ਗਿਆ, ਅਤੇ ਉੱਥੋਂ ਵੀ ਬੈਠੇ 'ਤੇ ਆ ਕੇ ਲੱਥ ਗਿਆ ਹੈ। ਅਤੇ ਚਲੋ ਹੁਣ ਫਿਰ ਨਾ ਕੈਰੀ ਆ ਗਿਆ ਹੋਇਆ, ਨਵੇਂ ਉਹ ਫਿਰ ਦੂਸਰੀ ਗਲੀ 'ਚ ਹੈਗਾ, ਉਹਨੇ ਇੱਧਰ ਆਉਂਦੇ ਸ਼ੁਰੂ ਹੋ ਜਾਣਾ, ਪੀ 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 ਪੀ, ਅਤੇ ਚੱਲੀ ਗਏ ਹੁਣ, ਠੀਕ ਹੈ। ਅਤੇ ਹੁਣ ਕਾਲਜ 'ਚ ਵਾਪਸ ਆ ਕੇ ਫਿਰ ਮਿਲਦੇ ਹਾਂ। 6 hours later ਮਾਸ਼ਾਅੱਲਾ ਜੀ, ਹੁਣ ਮੈਂ ਕਾਲਜ 'ਚੋਂ ਵਾਪਿਸ ਆ ਗਈ ਹਾਂ ਅਤੇ ਬੱਚੇ ਸਕੂਲੋਂ ਆ ਗਿਆ ਹੋਏ ਨੇ, ਅਤੇ ਮਾਸ਼ਾਅੱਲਾ ਮਾਸ਼ਾਅੱਲਾ ਅੱਜ ਤਾਂ ਇੰਨੀ ਗਰਮੀ ਸੀ, ਮੈਂ ਤੁਹਾਨੂੰ ਕੀ ਦੱਸਾਂ, ਸੱਚੀ ਗਰਮੀ ਨੇ ਅਤੇ ਅੱਜ ਹੱਦ ਹੀ ਖਤਮ ਕਰਤੀ ਸੱਚੀ। ਅੱਜ ਤਾਂ ਕੈਰੀ 'ਚ ਬੱਸ ਨਾ ਕੀ ਦੱਸੀਏ, ਕਿਵੇਂ ਅਸੀਂ ਵਾਪਸ ਆਏ, ਇੰਨੇ ਬੱਚੇ ਹੁੰਦੇ ਨੇ ਕੈਰੀ 'ਚ, ਉਹ ਤਾਂ ਬੰਦਾ ਅੱਕ ਜਾਂਦਾ ਸੱਚੀ। ਹਾਂ, ਅਤੇ ਅੱਜ ਤਾਂ ਆਪਾਂ ਕੈਰੀ 'ਚ ਆਉਂਦੇ ਹੋਇਆ ਚੁੱਪ ਕਰਕੇ ਸੁੱਤੇ ਆਏ, ਅੱਜ ਮੈਂ ਉਸ ਪਾਸੇ ਬੈਠੀ ਸੀ, ਨਾਲ ਮੇਰੀ ਸਹੇਲੀ ਬੈਠੀ ਸੀ, ਹੁਣ ਮੈਂ ਆਉਂਦੇ ਅੱਜ ਕਰਕੇ ਮੋੜੇ ਸਿਰ ਰੱਖਿਆ, ਮੈਂ ਸੌਂ ਗਈ, ਮੈਨੂੰ ਪਤਾ ਹੀ ਨਹੀਂ ਕਦੋਂ ਘਰ ਪਹੁੰਚ ਗਿਆ, ਕਦੋਂ ਕੀ ਹੋ ਗਿਆ, ਮੈਨੂੰ ਤਾਂ ਉਹਨਾਂ ਨੇ ਠਾਇਆ ਉੱਠ ਜਾ, ਜਾਣਾ ਨਹੀਂ ਉਹ ਘਰ, ਘਰ ਆ ਗਿਆ, ਫਿਰ ਆਪਾਂ ਉੱਠ ਕੇ ਅਤੇ ਘਰ ਆਏ। ਅੱਜ ਖੈਰ ਮੇਰੀ ਕੈਰੀ 'ਚ ਹੀ ਨੀਂਦ ਪੂਰੀ ਹੋ ਗਈ ਸੀ, ਨਹੀਂ ਤਾਂ ਅੱਗੇ ਮੈਨੂੰ ਘਰ ਆ ਕੇ ਸੌਣਾ ਪੈਂਦਾ ਵਾ, ਫਿਰ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਅਤੇ ਬਾਕੀ ਜੀ ਹੁਣ ਮੰਮਾ ਖਾਣਾ ਸ਼ਾਣਾ ਬਣਾ ਕੇ ਹਟੀ ਹੈ, ਰੋਟੀਆਂ ਬਣਾ ਲਈਆਂ ਨੇ ਸਾਲਣ, ਹੁਣ ਮੰਮਾ ਗਰਮ ਕਰਨ ਲੱਗੀ ਹੈ ਤਾਂ ਕਿ ਫਿਰ ਅਸੀਂ ਰੋਟੀ ਖਾਈਏ, ਅਤੇ ਫਿਰ ਅੱਜ ਨਾ ਵਾਵਾ ਟਾਈਮ ਹੋ ਗਿਆ, 2:30 ਵਜ ਗਿਆ ਹੋਏ ਨੇ, ਠੀਕ ਹੈ। ਅਤੇ ਹੁਣ ਜਿਹੜਾ ਨਾ ਕਰੀਏ ਕੁਛ। ਅਤੇ ਪਾਪਾ ਜੀ, ਪਾਪਾ ਜੀ ਖੁਦਾ ਦਾ ਵਾਸਤਾ ਆਪਦੇ ਵਾਲ ਵੂਲ ਕਟਾ ਲਓ, ਕੋਈ ਕਲਫ ਕੁਲਫ ਲਾਵੋ, ਕੀ ਬਣੇ ਪੈ ਜੇ, ਮਲੰਗ ਬਣ ਜਾਣਾ ਨਾ ਮਲੰਗ, ਵਾਲ ਤੁਹਾਡੇ ਸਾਰੇ ਹੀ ਚਿੱਟੇ ਹੋਏ ਪਏ ਨੇ। ਅੱਛਾ, ਵਾਲ ਉਹਦੇ ਪਹਿਲੇ ਵੀ ਸਾਰੇ ਚਿੱਟੇ ਹੀ ਸੀ, ਕਿਹੜਾ ਵਾਲ ਕਾਲਾ ਸੀ, ਸਾਰੇ ਵਾਲ ਚਿੱਟੇ। ਜਦੋਂ ਮੈਂ ਸ਼ੀਸ਼ਾ ਵੇਖਲਾ ਮੈਨੂੰ ਆਪਦੇ ਆਪ ਤੇ ਹਾਸਾ ਆ ਲਾ, ਤੇ ਫੇਰ ਬੰਦਾ ਵਾਲ ਕਟਾ ਵੇਖ ਲਓ, ਫੇਰ ਇੰਜ ਹੀ ਰਹਿਣਾ, ਇੰਜ ਹੀ ਸ਼ਰੀਰ ਕਰਨਾ ਪਾਪਾ, ਵੀ ਤੁਹਾਡੇ ਐਵੇਂ ਰਹਿਣ ਚ ਸ਼ਰੀਰ ਹੱਸਣਗੇ। ਅੱਜ ਸੋਚਿਆ ਵਾ ਕਿ ਅੱਜ ਮੈਂ ਆਪਦੀ ਕਟਿੰਗ ਸ਼ਟਿੰਗ ਐਂਡ ਕਲਫ ਸ਼ਲਫ ਅੱਜ ਮੈਂ ਬਣ ਜਾਣਾ ਪੱਪੂ ਬੱਚਾ, ਅਗਰ ਤੁਸੀਂ ਵੇਖਣਾ ਚਾਹਦੇ ਜੇ ਵੀ ਚਾਚਾ ਪੱਪੂ ਬੱਚੇ ਦੀ ਸ਼ਕਲ ਕਿਵੇਂ ਤਿਆਰ ਕਰਦਾ ਤੇ ਵਲੌਗ ਨੂੰ ਪੂਰਾ ਵੇਖ ਲੈ, ਠੀਕ ਹੈ। ਤੇ ਹੁਣ ਅਸੀਂ ਨਾ, ਮੈਂ ਆਇਸ਼ਾ ਹਰੇ ਦੁਪਹਿਰ ਦਾ ਖਾਣਾ ਖਾਣ ਲੱਗੇ ਤੇ ਮੈਂ ਨਾਸ਼ਤਾ ਕਰਨ ਲੱਗਾ। ਆਲਾ ਭਾਈ, ਆਲਾ ਆਲਾ ਬੰਦੇ ਨੇ ਭਾਈਆ, ਅਸੀਂ ਕੀ ਕਹਿ ਸਕਦੇ, ਅਰਪਾ ਵਾਲਾ ਐਂ ਜੀ ਹੁੰਦਾ। ਤੇ ਤੇਰੀ ਮੰਮਾ ਨੇ ਭਿੰਡੀਆਂ ਦਾ ਸਾਲਣ ਕੱਲ ਪਕਾਇਆ ਸੀ, ਉਹ ਕਹਿੰਦੀ ਜਦੋਂ ਇਹ ਮੁੱਕੇ ਦਾ ਤੇ ਅਗਲਾ ਪੱਕੂ, ਜਦੋਂ ਦੇ ਮਿਸਤਰੀ ਕਿਹਾ ਸਾਡਾ ਤਾਂ ਸਾਲਣ 1 ਦਿਨ ਦਾ 2-2 ਦਿਨ ਚੱਲਣ ਲੱਗ ਪਿਆ। ਮਿਸਤਰੀ ਸਾਡਾ ਭਾਈ ਪੱਕਾ ਪੱਕਾ ਬਾਜ ਗਿਆ ਹੈ, ਸਾਡਾ ਮਕਾਨ ਵਿੱਚੇ ਪਿਆ, ਨਾ ਅਸੀਂ ਉੱਧਰ ਦੇ ਤੇ ਨਾ ਅਸੀਂ ਉੱਧਰ ਦੇ, ਕੋਈ ਨਵਾਂ ਲੱਭ ਲਓ ਪਾਪਾ, ਨਵਾਂ ਪੁੱਤਰ। ਕੋਈ 50 ਨੂੰ ਫੋਨ ਕੀਤਾ, ਸਾਰੇ ਲੋਕ ਵਾਢੀਆਂ ਕਰਨ, ਹਾਂ ਹੁਣ ਵਾਢੀਆਂ ਦਾ ਸੀਜ਼ਨ ਹੈ ਨਾ। ਉਹਨੇ ਕੀ ਕਿਹਾ ਹੈ, ਉਹ ਜਿਹਦਾ ਫੋਨ ਕੀਤਾ ਚਾਂਦਨੇ, ਉਹ ਕਹਿੰਦਾ ਵੀ ਮੈਂ ਮਿਸਤਰੀ ਨੂੰ ਕੀਤਾ ਫੋਨ, ਕਹਿੰਦਾ ਵੀ ਮੈਂ ਆਉਣਾ ਵਾ ਤੇਰੇ ਵੱਲ, ਕਹਿੰਦਾ ਉਹਨੂੰ ਪੁੱਛਣਾ ਜੇ ਜਦੋਂ ਤੋਂ ਹੈਗਾ ਟਾਈਮ ਤੋਂ ਬੁਲਾਇਆ ਵਾ, ਗੱਲ ਤੇ ਗੱਲਬਾਤ ਆਪਦੀ ਕਰ ਲਵੇ, ਮਿਲ ਜਾਵੇ ਮੇਰੇ ਕੰਮ। ਅੱਲਾ ਕਰੇ ਹੈ ਵੀ ਪਾਪਾ ਕੰਮ ਵਿੱਚ ਸਟਾਪ ਹੋ ਗਿਆ ਵਾ,
ਮੈਨੂੰ ਲੱਗਦਾ ਮੈਨੂੰ ਕਾਟਨ ਵੀ ਚੁੱਭਦੀ ਹੈ। ਮੇਰੀ ਮੰਮਾ ਦੇ ਪਰਸ 'ਚ 10 ਰੁਪਏ ਸੀ ਬਸ ਤੇ ਉਦੋਂ ਨਾ ਫਿਰ ਮੰਮਾ ਨੇ ਵੇਲ ਕਰਨ ਵਾਸਤੇ ਨਾ ਕਿਹਾ ਸੀ, ਮੰਮਾ ਕੋ ਆਇਆ ਨਹੀਂ ਸੀ, ਮੰਮਾ ਦੇ ਬਾਹਰ ਹੀ ਨਹੀਂ ਗਈ, ਪਾਪਾ ਦਾ ਐਕਸੀਡੈਂਟ ਸੀ, ਪਾਪਾ ਸਾਡੇ ਨਾਲ ਗਿਆ ਸੀ, ਮੰਮਾ ਉੱਥੇ ਹੀ ਬੈਠੀ ਸੀ ਵੀ ਸ਼ੋਕ ਆਇਆ ਕਿ ਮਤਲਬ ਵੀ ਅਸੀਂ ਨਹੀਂ ਜਾਣਾ, ਉਦੋਂ ਚੂੜੀਆਂ ਪਵਾਉਣ ਵਾਸਤੇ ਵੀ ਪੈਸੇ ਨਹੀਂ ਆਏ ਸੀ, ਸਾਰਿਆਂ ਨੇ ਚੂੜੀਆਂ ਪਾਈਆਂ ਸੀ ਅਤੇ ਅਸੀਂ ਦੋਵੇਂ ਪੈਰਾਂ ਬੈਠੀਆਂ ਹੋਈਆਂ ਸੀ, ਅਸੀਂ ਵੇਖਣ ਦਈਆਂ ਸੀ ਕੋਈ ਸਾਨੂੰ ਵੀ ਤਾਂ ਕਹਿੰਦਾ ਚੂੜੀਆਂ ਪਵਾ ਲਓ, ਅਤੇ ਸਾਡੀ ਨਾਨਾ ਨੇ ਸਾਨੂੰ ਚੂੜੀਆਂ ਪਾਈਆਂ ਸੀ ਅਤੇ ਹੁਣ ਇੱਦਾਂ ਹੁੰਦਾ ਹੈ ਕਦੀ ਮਾੜੇ ਹਾਲਾਤ ਹੋ ਗਏ ਕਦੀ ਚੰਗੇ ਹੋ ਗਏ, ਬਸ ਅਪਸ ਐਂਡ ਡਾਊਨ ਜੋ ਹੈ ਨਾ ਵਹੀ ਜ਼ਿੰਦਗੀ ਹੈ, ਯਾਨੀ ਕਿ ਜ਼ਿੰਦਗੀ ਇੱਦਾਂ ਦੇਖੋ, ਜ਼ਿੰਦਗੀ ਕੀ ਜੋ ਲਾਈਨ ਹੈ ਨਾ, ਐਸੇ ਐਸੀ ਹੋਤੀ ਦੇ ਤੋ ਜ਼ਿੰਦਗੀ ਹੈ, ਜਿੱਦਾਂ ਸਿੱਧੀ ਹੋ ਗਈ
ਬਸ ਖਤਮ। ਹਾਂ ਤੇ ਮੈਨੂੰ ਅਸੀਂ ਨਾ ਮਤਲਬ ਬੜੇ ਮੁਸ਼ਕਲ ਹਾਲਾਤ ਵੀ ਗੁਜ਼ਾਰੇ ਨੇ, ਹੁਣ ਅੱਲਾਹ ਤਾਲਾ ਅੱਛੇ ਹਾਲਾਤ ਵੀ ਦੇ ਰਿਹਾ ਵਾ, ਅਤੇ ਮੇਰੀ ਦੁਆ ਹੈ ਕਿ ਅੱਲਾਹ ਤਾਲਾ ਕਿਸੇ 'ਤੇ ਵੀ ਇੰਨੇ ਮੁਸ਼ਕਲ ਹਾਲਾਤ ਨਾ ਲਿਆਵੇ, ਅਤੇ ਜੇ ਲਿਆਵੇ ਤਾਂ ਉਹਨੂੰ ਉਹਨੂੰ ਬਰਦਾਸ਼ਤ ਕਰਨ ਦੀ ਤੌਫੀਕ ਦੇਵੇ, ਸਬਰ ਕਰਨ ਦੀ ਤੌਫੀਕ ਦੇਵੇ। ਠੀਕ ਹੈ, ਸਾਡਾ ਘਰ ਬਾਰ ਸਾਰਾ ਬਣ ਗਿਆ ਨਾ, ਫਿਰ ਅਸੀਂ ਤੁਹਾਡੇ ਨਾਲ ਸਾਰੀ ਆਪਣੀ ਜਰਨੀ ਸ਼ੇਅਰ। ਹਾਂ ਫਿਰ ਮੈਂ ਮਤਲਬ ਫਸਟ ਤੋਂ ਲੈ ਕੇ ਲਾਸਟ ਤੱਕ ਦਾ ਤੁਹਾਡੇ ਨਾਲ ਅਸੀਂ ਜਰਨੀ ਸ਼ੇਅਰ ਕਰਾਂਗੇ, ਯੂਟਿਊਬ ਦੀ ਜਰਨੀ ਲੈਦਾ ਕਰਾਂਗੇ, ਯੂਟਿਊਬ ਦੀ ਜ਼ਿਆਦਾ ਮਜ਼ੇ ਦੀ ਹੈ, ਯੂਟਿਊਬ ਦੀ ਜ਼ਿਆਦਾ ਮਜ਼ੇ ਦੀ ਹੈ ਜ਼ਿੰਦਗੀ ਦੀ, ਤਾਂ ਚਲੋ ਉਹ ਤਾਂ ਫਿਰ ਹੁੰਦਾ ਹੀ ਹੈ, ਯੂਟਿਊਬ ਦੀ ਬੜੇ ਮਜ਼ੇ ਦੀ ਹੈ, ਉਹ ਵੀ ਤੁਹਾਨੂੰ ਸੁਣਾਵਾਂਗੇ, ਤੁਸੀਂ ਹੱਸ ਹੱਸ ਕੇ ਮੁੱਦੇ ਹੋਣੇ। ਠੀਕ ਹੈ, ਅਤੇ ਚਲੋ ਹੁਣ ਚੱਲੀਏ, ਟਿਊਸ਼ਨ ਵਾਹਵਾ ਟਾਈਮ ਹੋ ਗਿਆ ਹੋਇਆ ਵਾ। ਯੂਟਿਊਬ ਦੀ ਜਰਨੀ ਵਿੱਚ ਜਿਹੜੇ ਜਿਹੜੇ ਤੋਹਫ਼ੇ ਅਸੀਂ ਸੁਣੇ ਫਿਰ ਉਹ ਵੀ ਸੁਣਾਉਣੇ, ਬੜਾ ਕੁਛ ਸੁਣਿਆ, ਬੜਾ ਕੁਛ ਸਿਆ ਵੀ ਹੈ, ਅਤੇ ਜਿਹੜੇ ਭੈਣ ਭੈਣ ਕਰਨਾ ਚਾਹੁੰਦੇ ਨੇ ਨਾ ਕੰਮ, ਉਹ ਕੋਈ ਮਾਮੂਲੀ ਜਿਹੀ ਗੱਲ ਨਹੀਂ ਆ, ਪਹਿਲੇ ਬੰਦੇ ਨੂੰ ਬੜਾ ਕੁਛ ਸੁਣਨਾ ਵੀ ਪੈਂਦਾ, ਸਾਨੂੰ ਹਲੇ ਵੀ ਸੁਣਨਾ ਪੈਂਦਾ, ਆਪਦਾ ਦਿਮਾਗ ਮਾਊਫ ਕਰਨ ਫਿਰ ਅੱਗੇ ਯੂਟਿਊਬ ਦਾ ਚੈਨਲ ਬਣਾਉਣਾ। ਹਾਂ ਇਹ ਵੀ ਗੱਲ ਸਹੀ ਹੈ, ਖਤਮ, ਇਹ ਸਮਝ ਲਓ ਜਿਵੇਂ ਮਤਲਬ ਜਿਹੜਾ ਬੋਲਦਾ ਬੋਲਣ ਦਿਓ ਬਸ। ਮੇਰੀ ਮੰਮਾ ਅਸੀਂ ਜਦੋਂ ਕਦੀ ਜਦੋਂ ਹੁਣ ਕੋਈ ਗੱਲ ਕਰਦੇ ਨਾ, ਪਹਿਲੇ ਨਹੀਂ ਮੈਂ ਬੋਲ ਦਿੰਦੀ ਸੀ, ਹੁਣ ਮੈਂ ਵੱਡੀ ਹੋ ਗਈ ਹਾਂ, ਹੁਣ ਕੋਈ ਮੰਮਾ ਪਾਪਾ ਨੂੰ ਆ ਕੇ ਗੱਲ ਕਰਦਾ ਨਾ, ਮੇਰੇ ਅੰਦਰ ਅੱਗ ਉੱਠਦੀ, ਮੇਰਾ ਦਿਲ ਕਰਦਾ ਮੈਂ ਸਿਰ ਫਾੜ ਦੋ। ਅਤੇ ਚਲੋ ਹੋਰ ਚੱਲੀ ਗਿਆ ਟਿਊਸ਼ਨ, ਵਾਹਵਾ ਦੇਰ ਹੋ ਗਈ, ਗੱਲਾਂ ਹਾਂ ਗੱਲਾਂ ਗੱਲਾਂ 'ਚ ਭਾਵਾਂ ਸਾਰਾ ਦਿਨ ਲੰਘ ਜਾਵੇ ਹੈ ਮੇਰੇ, ਅਤੇ ਹੁਣ ਚੱਲੀ ਗਿਆ ਟਿਊਸ਼ਨ, ਆ ਜਾਓ। ਮਾਸ਼ਾਅੱਲਾ ਜੀ, ਹੁਣ ਅਸੀਂ ਟਿਊਸ਼ਨ ਵਾਪਸ ਆ ਗਏ, ਅਤੇ ਮੌਸਮ ਇੰਨਾ ਜ਼ਿਆਦਾ ਖਰਾਬ ਹੈ ਨਾ ਕਿ ਅਸੀਂ ਟਿਊਸ਼ਨੋਂ ਇੱਥੇ ਤੱਕ ਤੁਰ ਕੇ ਜਿਹੜੇ ਵਕਤਾਂ ਨਾਲ ਅਸੀਂ ਪਹੁੰਚੀਆਂ ਨਾ, ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਵੀ ਸੋਚ ਰਹੇ ਹੋਵੋਗੇ ਬਾਰਿਸ਼ ਤਾਂ ਹੋ ਨਹੀਂ ਰਹੀ, ਅਤੇ ਤੁਹਾਨੂੰ ਸਭ ਫੁੱਲ ਤੇਜ਼ ਹਨੇਰੀ ਚੱਲਣ ਦਈ ਹੈ। ਠੀਕ ਹੈ, ਅਸੀਂ ਤਾਂ ਤੁਰਨ ਦਈ ਹਾਂ, ਅਸੀਂ ਤਾਂ ਅੱਖਾਂ ਦੇ ਵਿੱਚ ਉਹ ਮਿੱਟੀ ਚਲੀ ਗਈ। ਹਾਂ ਮਿੱਟੀ ਇੰਨਾ ਮਤਲਬ ਤੁਰਿਆ ਨਹੀਂ ਜਾਂਦੇ ਅਸੀਂ, ਇੰਨੀ ਤੇਜ਼ ਤੇਜ਼ ਹਵਾ ਸੀ, ਹੁਣ ਤਾਂ ਫਿਰ ਕੋਈ ਹਵਾ ਘੱਟ ਹੋ ਗਈ ਹੈ। ਉਹ ਵੇਖੋ ਦਰਖਤ ਸ਼ਰਖਤ ਹਿੱਲਣ ਦੈ ਨੇ, ਤੁਸੀਂ ਇੱਧਰ ਹੀ ਵੇਖ ਲਓ, ਇੱਧਰ ਹੀ ਵੇਖ ਸਕਦੇ ਹੋ, ਉਹ ਲਾ ਪਾਟੇ ਗਿਆ ਸਾਰਾ, ਉਹ ਵਿੱਚ ਗਿੱਲਾ ਰਹਿ ਰਹਿ ਕੇ ਉੱਲੀ ਟਿੱਕੀ ਹੋਈ ਹੈ, ਅਤੇ ਬਾਕੀ ਹੁਣ ਇੱਧਰ ਕੋਈ ਆਉਂਦਾ ਜਾਂਦਾ ਨਹੀਂ ਨਾ, ਤਾਂ ਫਿਰ ਖਰਾਬ ਹੋ ਜਾਂਦਾ ਸਾਰਾ ਕੁਛ। ਅਤੇ ਬਾਕੀ ਜੀ ਜਿਹੜਾ ਹੈ ਨਾ ਮਸਤ ਮਾਹੌਲ, ਮਸਤ ਮਾਹੌਲ ਮਿੱਠੇ ਚੌਲ, ਅਸੀਂ ਵਾਪਸ ਆ ਗਏ ਹਾਂ। ਇਕਰਾ ਵਿਚਾਰੀ ਨਾ ਅੱਗੇ ਪਤਾ ਕੀ ਹੁੰਦਾ, ਇਕਰਾ ਨਾ ਕਿ ਇਕਰਾ ਅਸੀਂ ਜਦੋਂ ਆਉਂਦੇ ਇਕਰਾ ਦਾ ਮੂੰਹ ਲਟਕਿਆ ਹੁੰਦਾ, ਹਾਏ ਮੈਂ ਇਕੱਲੀ ਰਹਿ, ਅੱਜ ਮੈਂ ਕਿਹਾ ਇਕਰਾ ਆ ਜਾ, ਬਾਈ ਨੇ ਕਿਹਾ ਤੁਸੀਂ ਚਾਰੇ ਛੁੱਟੀ ਕਰ ਲਓ, ਇਕਰਾ ਪਤਾ ਕੀ ਕਹਿੰਦੀ, ਨਾ ਭਾਈ 3 ਘੰਟੇ ਲਾ ਕੇ ਸਭ ਯਾਦ ਕੀਤਾ, ਹੁਣ ਛੁੱਟੀ ਕਰ ਲਓ, ਟੈਸਟ ਦੇ ਕੇ ਹੀ ਆਵਾਂਗੀ, ਅੱਜ ਨੂੰ ਅਸਲ 'ਚ ਟੈਸਟ ਯਾਦ ਹੋ ਗਿਆ ਸੀ। ਹੋਏ 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 ਅੱਡੀ ਵੱਡੀ, ਮੈਂ ਵੀ ਕਹਾਂ, ਅਤੇ ਬਾਕੀ ਜੀ ਆਏ ਹਾਏ 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 ਐਡੀਆਂ ਐਡੀਆਂ ਛਾਲਾਂ, ਮੈਂ ਵੀ ਕਹਾਂ ਹੈਰਾਨ ਹੈਰਾਨੋ ਪਰੇਸ਼ਾਨੀ। ਤਾਂ ਬਾਕੀ ਹਨੇਰੀ ਇੰਨੀ ਤੇਜ਼ ਆਉਣ ਰਹੀ ਹੈ ਸੱਚੀ, ਅਤੇ ਸਮਝ ਨਹੀਂ ਆਉਂਦੀ ਕੀ ਕਰੀਏ। ਉਹ ਤੁਸੀਂ ਦਰਖਤ ਸ਼ਰਖਤ ਜਿਹੜੇ ਨਾ ਹਿਲਦੇ ਵੇਖੋ, ਐਂ ਵੇਖੋ ਤੁਸੀਂ, ਤੋਬਾ ਥੋਬਾ ਥੋਬਾ, ਤੁਸੀਂ ਖੁਦ ਵੇਖ ਸਕਦੇ ਹੋ। ਠੀਕ ਹੈ ਨਾ, ਆਏ ਚਲੋ ਜੀ, ਹੁਣ ਜਿਹੜਾ ਨਾ ਆਪਾਂ ਫਟਾਫਟ ਨਾਲ ਸੈੱਟ ਸੁੱਟ ਹੋ ਗਏ, ਇੱਕ ਤਾਂ ਵਾਹ ਨੇ ਬੇੜਾ ਗਰਕ ਕਰਤਾ ਸਾਡੇ ਹੁਲੀਏ ਦਾ। ਠੀਕ ਹੈ, ਅਤੇ ਚਲੋ ਫਿਰ ਪਾਪਾ ਨਾਲ ਵੀ ਮਿਲਦੇ ਹਾਂ ਜਾ ਕੇ, ਪਹਿਲੇ ਮੈਂ ਵੀ ਚੁੰਨੀ ਚਾਨੀ ਸਿੱਧੀ ਕਰਾਂ ਅਤੇ ਫਿਰ ਪਾਪਾ ਨਾਲ ਲੇਟਰ। ਚਲੋ ਜੀ, ਹੁਣ ਨਾ ਅਸੀਂ ਤੁਹਾਨੂੰ ਖਾਂਦੇ ਹਾਂ ਪਾਪਾ ਦੀ ਨਿਊ ਐਂਡ ਬ੍ਰੈਂਡ ਨਿਊ ਬਲਕਿ ਲੁੱਕ। ਪਾਪਾ ਤਾਂ ਨਾ ਮਤਲਬ ਮੈਨੂੰ ਜਦੋਂ ਮੈਂ ਆਈ ਹਾਂ ਨਾ, ਮੈਂ ਪਾਪਾ ਨੂੰ ਵੇਖਿਆ, ਮੇਰੇ ਕੋਲ ਪਹਿਚਾਨਣ ਨਹੀਂ ਜਾ ਰਿਹਾ ਸੀ ਵੀ ਪਾਪਾ ਨੇ
ਪਾਪਾ ਗੱਲ ਹੋ ਗਈ ਵੀ ਵੇਖ ਕੇ ਦਿਲ ਖੁਸ਼ ਹੋ ਗਿਆ। ਇੰਨੇ ਮਹੀਨੇ ਹੀ ਲਾ ਲਓ, ਮਹੀਨਿਆਂ ਬਾਅਦ ਨਾ ਮੇਰੇ ਪਾਪਾ ਨੇ ਆਪਦੀ ਹਾਲਤ ਸੰਵਾਰੀ ਹੈ, ਠੀਕ ਹੈ। ਨਹੀਂ ਤਾਂ ਅਸੀਂ ਕਹਿ ਕਹਿ ਥੱਕ ਗਏ, ਪਾਪਾ ਜੀ ਕੋਈ ਪੱਪੂ ਸ਼ੱਪੂ ਬਣੋ ਤੁਸੀਂ, ਹੁਣ ਇਹਨਾਂ ਦੀ ਐਡੇ ਬੁੱਢੇ ਲੱਗਣ ਲੱਗ ਪੈ ਜੇ। ਸਾਡੇ ਪਾਪਾ ਹਾਲੇ ਐਡੇ ਬੁੱਢੇ ਨਹੀਂ ਹੋਏ, ਪਰ ਸਾਡੇ ਪਾਪਾ ਨੇ ਕਿਹਾ ਨਹੀਂ ਹੁਣ ਮੈਂ ਬੁੱਢਾ ਹੀ ਸਹੀ ਹਾਂ ਅਤੇ ਪਰ ਮੈਂ ਮਲੰਗ ਬਣ ਜਾਣਾ, ਪਰ ਅੱਜ ਤਾਂ ਮੇਰੇ ਪਾਪਾ ਫਿਰ ਐਨ ਪੱਪੂ ਸ਼ੱਪੂ ਬਣ ਗਿਆ ਨੇ, ਐਡੇ ਸੋਹਣੇ ਲੱਗਣ ਦੇ, ਮਾਸ਼ਾਅੱਲਾ ਮਾਸ਼ਾਅੱਲਾ, ਠੀਕ ਹੈ। ਅਤੇ ਵੇਖ ਕੇ ਪਹਿਲਾਂ ਜੀ ਮੈਂ ਹੈਰਾਨ ਜੀ ਹੋ ਗਈ, ਮੈਂ ਕਿਹਾ ਹੈ ਆਹ ਕੀ ਕਰ ਲਿਆ, ਮਤਲਬ ਉਹ ਥੋੜ੍ਹੀ ਹੁਣ ਲੁੱਕ ਨਾ ਚੇਂਜ ਕੀਤੀ ਨਾ, ਇਸ ਵਾਸਤੇ ਸਾਨੂੰ ਪਾਪਾ ਥੋੜ੍ਹੇ ਅਜੀਬ ਅਜੀਬ ਫੀਲ ਹੋ ਰਹੇ ਨੇ, ਅਜੀਬ ਅਜੀਬ ਲੱਗਣ ਦੇ ਨੇ ਵੀ ਇਹ ਪਾਪਾ ਕੀ ਬਣ ਕੀ ਗਏ ਨੇ, ਮੈਨੂੰ ਸਮਝ ਨਹੀਂ ਆਉਂਦਾ ਸੀ। ਹੈਂ ਤੂੰ ਚੱਲੇ ਇੱਧਰ ਵੇਖੋ ਪਾਪਾ ਤੁਸੀਂ ਕੀ ਬਣ ਗਏ, ਤੁਸੀਂ ਐਡਾ ਅਜੀਬ ਲੱਗਣ ਦਾ ਅੱਜ। ਵੈਸੇ ਨਾ ਬਾਪਾ ਜੀ ਬਹੁਤ ਹੀ ਅਜੀਬ ਲੱਗਣ ਦਾ, ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਕਿਹੋ ਲੱਗ ਰਿਹਾ। ਨਹੀਂ ਪਾਪਾ ਖੈਰ ਸਾਨੂੰ ਅਸੀਂ ਮੈਨੂੰ ਨਵੀਆਂ ਜਵਾਨੀਆਂ ਚੜ੍ਹ ਗਈਆਂ, ਪਾਪਾ ਨੇ ਦਾੜੀ ਮੁੱਚਾ ਦੇਖੀ ਜਾਓ ਨਵੀਆਂ ਜਵਾਨੀਆਂ ਦਾ ਪਾਪਾ ਤੁਸੀਂ ਨਾ ਬੇਟਾ ਕਦੀ ਕਦੀ ਨਾ ਇਸ ਤਰ੍ਹਾਂ ਵੀ ਹੋ ਜਾਂਦਾ ਹੈ, ਤੁਸੀਂ ਆਪੇ ਪਹਿਲਾਂ ਮੈਨੂੰ ਕਹਿੰਦੇ ਸੀ ਪਾਪਾ ਜੀ ਕਲਫ ਨਾ ਲਾਇਆ ਕਰੋ ਨਾ ਲਾਇਆ ਕਰੋ ਨਾ ਲਾਇਆ ਕਰੋ। ਹਾਂ ਇਹ ਗੱਲ ਹੈ, ਅਸੀਂ ਪਹਿਲੇ ਕਲਫ ਲਾਉਣੀ ਛੱਡ ਦਿੱਤੀ ਤੇ ਫਿਰ ਤੁਸੀਂ ਕਹਿ ਤਾ ਜੀ ਕਲਫ ਲਾਓ। ਹਾਂ ਆ ਵੀ ਗੱਲ ਹੈ ਜੀ, ਤੋ ਜਦੋਂ ਇੰਨੀ ਦੇਰ ਬਾਅਦ ਕਲਫ ਲਾਈ ਆ ਹੁਣ ਥੋੜਾ ਜਿਹਾ ਅਜੀਬ ਤਾਂ ਲੱਗਦਾ ਮੈਨੂੰ, ਐਸ਼ਾ ਮੈਨੂੰ ਆਪਦੇ ਆਪ ਨੂੰ ਅਜੀਬ ਲੱਗਦਾ। ਅਸੀਂ ਨਾ ਮੈਂ ਪਾਪਾ ਨੂੰ ਕਹਿੰਦੇ ਸੀ ਪਾਪਾ ਜਦੋਂ ਅਸੀਂ ਵੱਡੇ ਹੋ ਗਏ ਫਿਰ ਤੁਸੀਂ ਕਲਫ ਨਹੀਂ ਲਾਇਆ ਕਰਨੀ ਬਸ, ਤੇ ਉਹਨਾਂ ਨੂੰ ਅਸੀਂ ਕਹਿਣਾ ਛੱਡਤਾ ਸੀ, ਪਾਪਾ ਨੂੰ ਕਹਿੰਦੇ ਸੀ ਅਸੀਂ ਪਾਪਾ ਕਲਫ ਨਹੀਂ ਤੁਸੀਂ ਲਾਉਣੀ, ਬਾਕੀ ਖੈਰ ਹੈ। ਤੇ ਉਹ ਪਾਪਾ ਨੇ ਵਾਕਈ ਲਾਉਣੀ ਛੱਡਤੀ ਤੇ ਪਾਪਾ ਨੇ ਕਲਫ ਲਾਉਣੀ ਕਿ ਛੱਡੀ, ਪਾਪਾ ਨੇ ਵਾਲ ਕਟਾਉਣੇ ਵੀ ਛੱਡ ਦਿੱਤੇ। ਉਹ ਅਸਲ ਹੀ ਪਾਪਾ ਐਡਾ ਅਜੀਬ, ਅਸੀਂ ਕਿਹਾ ਨਾ ਭਾਈ ਪਾਪਾ ਤੁਸੀਂ ਦੁਬਾਰਾ ਵਾਪਸ ਆ ਗਈ ਅਸਲੀ ਹਾਲਤ 'ਚ, ਉਹ ਸਾਨੂੰ ਨਹੀਂ ਮਨਜ਼ੂਰ ਹੋਵੇ। ਹਾਂਜੀ ਇੰਨੀ ਦੇਰ ਹੋ ਗਈ ਤੁਸੀਂ ਵਾਲ ਵੀ ਨਹੀਂ ਕਟਵਾਏ, ਗੱਭਰੂ ਜਵਾਨ ਹੋ ਗਏ ਪਾਪਾ, ਢਿੱਡ ਮੈਂ ਛੋਟਾ ਕਰ ਲੈਣਾ ਵਾਕ ਸ਼ਾਕ ਕਰਿਆ ਕਰਨੀ ਧਿਆਨ। ਹਾਂ ਬਾਹਰ ਮਾਸ਼ਾਅੱਲਾ ਹੁਣ ਨਾ ਜਿਹੜੀ ਘੱਟ ਹੋ ਗਈ ਹੈ, ਹੁਣ ਸਿਰਫ ਹਵਾ ਹਵਾ ਲੈ ਗਈ ਹੈ ਤੇ ਆਹ ਝਾੜੂ ਝਾੜੂ ਫੇਰ ਲਿਆਇਆ ਵਾ ਇੱਧਰੋਂ, ਠੀਕ ਹੈ। ਇੰਨਾ ਸਾਰਾ ਗੰਦ ਹੋ ਗਿਆ ਵਾ ਤੇ ਕਲਫ ਤੁਸੀਂ ਆਪਦੇ ਵਾਸਤੇ ਮੰਗਾਈ, ਟ੍ਰੇਡ ਤੁਸੀਂ ਸਾਨੂੰ ਦੇਣੀ। ਹਾਂ ਹੈ ਅੱਛਾ ਜੀ, ਪੱਪੂ ਬਣ ਕੇ ਰਾਤ ਨੂੰ ਪਹਿਰਾ ਦੇ ਰਿਹਾ, ਪਾਪਾ ਬਣੇ ਪੱਪੂ ਤੋਂ ਪਹਿਰੇ ਕੀ ਆ ਗਈ ਵਾਰੀ, ਪਹਿਰਾ ਦੇਣਗੇ ਜ਼ੈਨ ਤੇ ਸੈਨ, ਹਾਂ ਵੀ ਪਰਦੇ ਸੇ ਬਾਤੇ ਕਰਦੇ ਆਏ ਜ਼ੈਨ ਤੇ ਸੈਨ ਪਹਿਰਾ ਦੇ।
ਸਾਰੇ ਜਣੇ ਰਲ ਕੇ ਬਹਿ ਗਏ ਹੋਏ ਆ। ਅੱਜ ਆਖਿਰਕਾਰ ਮਤਲਬ ਕਾਫੀ ਦਿਨਾਂ ਬਾਅਦ ਦਿਨ ਆਇਆ ਜਦੋਂ ਅਸੀਂ ਸਾਰੇ ਜਣੇ ਰਲ ਕੇ ਬੈਠੇ ਆ, ਕਿਉਂਕਿ ਹੁਣ ਨਾ ਟਾਈਮ ਹੀ ਨਹੀਂ ਲੱਭਦਾ ਰਲ ਮਿਲ ਕੇ ਬਹਿਣ ਨੂੰ। ਠੀਕ ਹੈ, ਤੇ ਇੱਧਰ ਵੇਖੋ ਜੀ, ਦਿਸ ਇਜ਼ ਫਰੋਮ ਮਾਈ ਫੈਮਿਲੀ। ਹੈਲੋ ਹੈਲੋ ਪਾਪਾ, ਹੈਲੋ ਬਨੇਰੇ ਤੇ ਹੁਣ ਕਾਲਾ ਕੁੱਕੜੇ ਬਨੇ ਇਸ ਗਾਣੇ ਮੇ ਹਮ ਵੀ ਮੰਮਾ ਕੇ ਸਾਥ ਹੈ, ਕਰੋ ਜੇ ਬਾਟਿਲੀਆ ਕਰੋ ਜੇ ਬਾਟਿਲੀ ਜੇਬਾ ਟਿੱਲੀ ਅਰੂਜ ਅੱਜ ਫੀਸਟਾਂ ਬੰਦ ਗਿਆ ਨੇ ਨਾ। ਹਾਂ ਭਾਈ, ਕਿਸ ਖੁਸ਼ੀ ਵਿੱਚ ਵੋ ਡੈਡ, ਪਤਾ ਕਿਸ ਖੁਸ਼ੀ ਮੇ ਆਪ ਜਵਾਨ ਹੋ ਗਏ ਹੈ। ਅਭੀ ਤੋ ਮੈਂ ਜਵਾਨ ਹੂੰ, ਜਵਾਨ ਹੂੰ ਅਭੀ ਤੋ ਮੈਂ। ਮੰਮਾ ਮੰਮਾ ਜ਼ਰਾ ਪਾਪਾ ਤੇ ਨਜ਼ਰ ਰੱਖਿਆ ਜੇ, ਇਸ ਉਮਰ ਚ ਦੁਬਾਰਾ ਇਸ਼ਕ ਹੁੰਦਾ ਜੇ ਇਸ਼ਕ ਕਰਨਾ ਹੋਵੇ ਸਹੀ ਕਰ ਲਿਆ ਜਾਂਦਾ। ਆਇਓ ਮੇਰੇ ਆ ਰੱਬਾ, ਮੈਂ ਟਿੱਡ ਕਰਾ ਦੇਣੀ ਸੀ ਸੁਭਾਏ ਇਸ ਗੱਲ ਤੇ ਆਏ ਪਾਪਾ ਨੇ ਜੇ ਕਰਵਾਤੀ ਟੇਂਡ ਫਿਰ ਕੜਾਈ ਗੋਸ਼ਤ ਬਣੇਗਾ। ਹੁਣ ਪਾਪਾ ਆਪਦੀ ਗੱਲ ਤੇ ਪੱਕੇ ਰਹਿਣਾ। ਚਲੋ ਜੀ ਹੁਣ ਨਾ ਰੋਟੀ ਛੋਟੀ ਖਾਈਏ ਸ਼ਾਮ ਦੀ, ਠੀਕ ਹੈ, ਕਿਉਂਕਿ ਮਗਰ ਜਾਣਾ ਹੋਣ ਵਾਲੀ ਹੈ। ਹੁਣ ਜੈਨ ਸਹਿਣ ਦਾ ਵੀ ਉਹ ਖਾਣਾ, ਜੈਨ ਖਾਣਾ ਖਾ ਰਿਹਾ ਤੇ ਅਸੀਂ ਵੀ ਖਾਣਾ ਸ਼ਾਣਾ ਖਾਈਏ। ਹਾਂ ਦੋਵੇਂ ਦੋਵੇਂ ਕੰਮ ਹੋ ਰਿਹਾ, ਮਿਕਸ ਮਿਕਸ। ਚਲੋ ਪਾਪਾ ਹੁਣ ਆਪਾਂ ਵੀ ਰੋਟੀ ਖਾਈਏ ਫਿਰ। ਚਲੋ ਜੀ ਹੁਣ ਅਸੀਂ ਰੋਟੀ ਛੋਟੀ ਖਾ ਲਈਏ ਤੇ ਉਸ ਤੋਂ ਬਾਅਦ ਫਿਰ ਜਦੋਂ ਫੀਸਟਾਂ ਹੋਣਗੀਆਂ। 3 hours later ਮਾਸ਼ਾਅੱਲਾ ਜੀ ਟਾਈਮ ਹੋ ਗਿਆ ਤਕਰੀਬਨ 8:30 ਹੋ ਗਿਆ ਇਹਨੇ ਰਾਤ ਦੇ, ਤੇ ਤੁਹਾਨੂੰ ਇੱਕ ਫਨੀ ਗੱਲ ਸੁਣਾਵਾਂ ਤੇ ਵਿਖਾ ਵੀ ਦੇਣੀ ਨਾਲ। ਪਾਪਾ ਐਡੇ ਸੋਹਣੇ ਪੱਪੂ ਸ਼ਪੂ ਬਣ ਕੇ, ਤੇ ਇੱਧਰ ਵੇਖੋ ਕੰਬਲ ਚ ਲਵੱਟੀ ਬੈਠੀ ਚ। ਪਾਪਾ ਜੀ ਮੈਨੂੰ ਭਾਈ ਠੰਡ ਲੱਗਣ ਦੀ, ਠੰਡ ਲੱਗਣ ਦੀ ਮੇਰੇ ਕੋ ਆਦੀ ਚੁੰਨੀ ਨਹੀਂ ਸੰਭਾਲੀ ਜਾਂਦੀ, ਤੁਹਾਨੂੰ ਠੰਡ ਲੱਗਣ ਦੀ। ਵੈਸੇ ਹਵਾ ਬਹੁਤ ਤੇਜ਼ ਚੱਲਣ ਦੀ, ਬੜੀ ਤੇਜ਼ ਹਵਾ ਚੱਲਣ ਦੀ ਹੈ, ਲਸ਼ਕਾਰੇ ਮਾਰਦੀ ਨੀਆਂ ਮਰਦੀ। ਕਲਫਾ ਲਾ ਲਓ ਜੋ ਮਰਦੀ ਕਰ ਲਓ, ਜਿਹੜਾ ਬੁੱਢਾ ਬੰਦਾ ਬੁੱਢਾ ਹੀ ਬੁੱਢਾ ਹੀ ਰਹਿੰਦਾ। ਨਹੀਂ ਪਾਪਾ ਅਭੀ ਤਾਂ ਮੈਂ ਜਵਾਨ ਹੂੰ, ਸ਼ਾਮ ਵੇਲੇ ਮੈਂ ਨਹਾਤਾ ਤੇ ਮੈਨੂੰ ਠੰਡ ਲੱਗਦੀ ਪਈ। ਤੁਸੀਂ ਤਾਂ ਕਿਹਾ ਸੀ ਅਭੀ ਤਾਂ ਮੈਂ ਜਵਾਨ ਹੂੰ, ਉਹ ਮੈਂ ਤਾਂ ਵੈਸੇ ਹੀ ਗਾਣਾ ਗਾਇਆ ਸੀ। ਤੇ ਇਹ ਹੁਣ ਪਾਪਾ ਨੇ ਮਕਵਾਇਆ ਜੀ ਪ੍ਰੋਗਰਾਮ ਤੋਂ ਮੜ ਗਿਆ ਇਹ ਪਾਪਾ। ਹੁਣ ਆ ਪਾਪਾ ਤੇ ਆਮ ਨਾ ਹਾਫ ਆਫ ਕਰਨ ਲੱਗੇ ਨੇ। ਇਹ 9 ਬਿਸਕੁਟ ਨੇ ਪਾਪਾ, 4 ਤੋਂ ਲੈ ਲਾ, 4:30 ਹੋਣੇ ਵੇ, 4:30 ਚੋਰ ਨਹੀਂ। ਮੰਮਾ 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 ਜੀ ਮੈਨੂੰ ਦੋ ਅੱਧਾ, ਮੇਰਾ ਪਿਛਾਓ, ਆਮ ਨਾ ਪਿਛਾਓ
ਪਿਛਾਂ ਹੋ ਜਾ, ਇੱਥੇ ਜੰਗਾ ਛਿੜ ਜਾਣੀਆਂ, ਇੱਥੇ ਜੰਗਾ ਛਿੜ ਜਾਣੀਆਂ। ਮੰਮਾ ਦੇ ਤਾਂ ਨਾ ਏਦਾਂ ਕਰਿਆ ਕਰੋ। ਮੰਮਾ ਲੈ ਪਾਪਾ ਨੇ ਦੋ ਮੰਗਵਾਏ ਸੀ, ਦੋ ਚਾਰ ਆ ਜਾਣਿਆ ਦੇ, ਮੈਨੂੰ ਨੀ ਪਤਾ ਮੈਂ। ਇੱਕ ਹੋਰ ਗੱਲ ਦੱਸ, ਕੁਲਫੀਆਂ ਵਾਲਾ ਪ੍ਰੋਗਰਾਮ ਤੋਂ ਪਾਪਾ ਕਹਿੰਦੇ ਕੁਲਫੀਆਂ ਵੀ ਨੀ ਖਵਾਣੀਆਂ, ਬਸ ਐਂਡ। ਭਾਈ ਠੰਡ ਅੱਗੇ ਲੱਗੀ ਜਾਂਦੀ, ਮੁੜ ਕੇ ਕੁਲਫੀਆਂ ਖਵਾ ਕੇ ਬਿਮਾਰ ਕਰ ਲਈਏ ਬਾਲ, ਮੁੜ ਕੇ ਡਾਕਟਰਾਂ ਨੇ ਵੀ ਪੈਸੇ ਭਰੀਆਂ ਦੇਣਾ, ਬਿਹਤਰ ਨੀ ਪ੍ਰੋਗਰਾਮ ਹੀ ਖਤਮ ਕਰੋ ਐਂਡ। ਮੰਮਾ ਥੋੜਾ ਖੋਲ ਲਓ, ਸਾਰੇ ਬਿਸਕਿਟ ਭੁਰ ਜਾਣੇ ਹੈ। ਥੈਂਕ ਯੂ। ਆਪ ਕਿਤਨੇ ਖਾਏ ਹੈ? ਬਸ ਆਪ ਖਾਓ। ਚਲੋ ਜੀ ਆਪਾਂ ਹੁਣ ਬਿਸਕਿਟ ਸ਼ਿਸ਼ਟਿਕ ਖਾ ਰਹੇ ਹਾਂ, ਠੀਕ ਹੈ। ਪਿੱਛੇ ਹੋ, ਪਿੱਛੇ ਹੋ ਜਾ, ਪਾਪਾ ਕੋਲ ਜਾਈਏ, ਕੋਈ ਫਨੀ ਗੱਲ ਕਰੀਏ। ਪਾਪਾ ਜੀ ਕੋਈ ਫਨੀ ਗੱਲ ਸੁਣਾਓ। ਇਹ ਸਾਰੇ ਦਿਨ ਮਿਲ ਗਏ? ਹਾਂਜੀ। ਕਿਆ ਉਹ ਬਿੱਲੀ? ਕਿੱਥੇ ਬਿੱਲੀ? ਕਿੱਥੇ ਬਿੱਲੀ? ਪਾਪਾ ਨਾ ਹੁਣ ਕਹਿੰਦਾ ਸੀ ਮੈਨੂੰ ਆਪ ਹੀ ਸ਼ੀਸ਼ੇ ਚ ਵੇਖ ਕੇ ਅਜੀਬੋ ਅਜੀਬੋ ਗਰੀਬ ਲੱਗਣ ਦਿਆ। ਹੁਣ ਤਾਂ ਪਾਪਾ ਫੇਸ ਕਰਨਾ ਹੀ ਪੈਣਾ। ਨਹੀਂ ਹੁਣ ਅੱਲਾ ਕਰੇ ਮੈਂ ਦਸਾਂ ਦਿਨਾਂ ਬਾਅਦ ਲਿਆ ਕੇ ਆਪਦੇ ਬੰਦੇ ਨੇ ਤਕਰੀਬਨ 8-9 ਮਹੀਨੇ ਦੇ ਦਾਂਗੀ ਵਾਪਸ ਮੰਮਾ ਨੂੰ। ਹਾਂ ਚਲੋ ਜੀ ਹੁਣ ਫੇਰ ਜਿਹੜਾ ਨਾ ਮੱਠੀ ਮੱਠੀ। ਚਲੋ ਜੀ ਹੋਰ ਠੀਕ ਹੈ ਫਿਰ, ਤੁਸੀਂ ਵੀਡੀਓ ਨੂੰ ਲਾਈਕ ਕਰੋ ਤੇ ਆਮਦ ਸ਼ੇਰ ਸੁਣੋ। ਹਾਂਜੀ ਲੰਮੇ ਵਾਲ ਨੇ ਟਿੰਡ ਵਰਗੇ, ਮੈਂ ਪਰਾਂਦਿਆਂ ਨੂੰ ਕੀ ਕਰਨਾ, ਮੈਨੂੰ ਸ਼ੌਕ ਕਲਿੱਪਾਂ ਦਾ। ਮੇਰੇ ਵੱਲੋਂ ਨਹੀਂ, ਮੇਰੇ ਵੱਲੋਂ ਪਾਪਾ ਨੂੰ ਸ਼ੇਰ। ਬਾਰਿਸ਼ ਤਾਂ ਸ਼ਹਿਰਾਂ 'ਚ ਵੀ ਹੁੰਦਾ ਹੈ, ਹੁੰਦੀ ਹੈ ਸਰ, ਬਾਰਿਸ਼ ਤੇ ਸ਼ਹਿਰਾਂ 'ਚ ਵੀ ਹੁੰਦੀ ਹੈ, ਪਰ ਚਿੱਕੜ ਨਹੀਂ ਹੁੰਦੇ ਪਿੰਡ ਵਰਗੇ, ਲੰਮੇ ਵਾਲ ਟਿੰਡ ਵਰਗੇ। ਮੈਂ ਟਿੰਡ ਹੁਣ ਮੈਂ ਟਿੰਡ ਕਰਾ ਕੇ ਰਿਕਾਰਡ ਤੋੜ ਦੇਣਾ ਜ਼ਿੰਦਗੀ 'ਚ, ਪਹਿਲੀ ਵਾਰੀ ਟਿੰਡ ਕਰਾਵਾਂ। ਨਹੀਂ ਤੇਰੀ ਬੜੀ ਮਿਹਰਬਾਨੀ। ਹਾਂ ਹਾਂ ਟਿੰਡ ਕਰਵਾਣੀ ਫਿਰ ਟਿੰਡ ਦਾ ਗੁੱਸਾ ਘਰ ਪਾਉਂਦੇ ਦੇਖ ਜਾਂਦੇ। ਚਲੋ ਇਹ ਠੀਕ ਹੈ, ਤੁਸੀਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਇੱਕ ਅੱਛਾ ਹੈ ਪਿਆਰਾ ਕਮੈਂਟ ਕਰੋ, ਤੇ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਛੇਤੀ ਉਹ ਵੀ ਕਰ ਲਓ। ਤੇ ਚਲੋ ਇਹ ਠੀਕ ਹੈ, ਪਾਪਾ ਦੀ ਨਿਊ ਲੁੱਕ ਕੈਸੀ ਲੱਗੀ ਕਮੈਂਟ ਕਰਕੇ ਦੱਸੋ। ਹਾਂ ਵੀ ਦੱਸ ਦਿਆ ਜੇ ਮਾੜਾ ਕੋ ਭਾਈ ਕਮੈਂਟ ਸੋਹਣੇ ਸੋਹਣੇ ਕਰਨੇ ਨੇ, ਜਿੰਨੇ ਭੈੜਾ ਕਮੈਂਟ ਕੀਤਾ ਨਾ ਮੈਂ ਉਹਦੇ ਮੂੰਹ ਦੇ ਉੱਤੇ ਕਮੈਂਟ ਕਰਾਂ ਤਾਂ ਕਿ ਮੈਨੂੰ ਕੋਈ ਹੌਸਲਾ ਹੋਵੇ, ਮੈਨੂੰ ਇਹਨਾਂ ਨੇ ਬੜਾ ਤੰਗ ਕੀਤਾ ਅੱਜ। ਚਲੋ ਇਹ ਠੀਕ ਹੈ, ਅੱਲਾ ਹਾਫਿਜ਼।